ਪਹੁੰਚ ਚੁੱਕੇ ਹਾਂ ਯੂਨੀਵਰਸਿਟੀ ਅਤੇ ਇੱਥੇ ਨਾ ਐਡਮਿਨਿਸਟ੍ਰੇਸ਼ਨ ਬਲਾਕ ਵਿੱਚ ਸਾਡੀ ਕੰਮ ਹੈ, ਉਹ ਕੰਮ ਕਰੀ ਨੇ ਹੋਸਟਲ ਦੇ ਬਾਹਲੇ ਯੂਨੀਵਰਸਿਟੀ ਦਾ ਵਿਊ ਦੇਖੋ ਅਤੇ ਮਲਿਕ ਮਰਿਆਦ ਸਾਹਿਬ ਬੜਾ ਖੁਸ਼ ਹੈ, ਉਹ ਮੇਨ ਗੋਡ ਖੋਲ੍ਹ ਕੇ ਅਤੇ ਵੱਤ ਵੜ ਆਏ ਨੇ, ਤਾਂ ਇੱਥੇ ਅਸਾਂ ਕੰਮ ਕਰੀ ਨੇ ਦੇਖਣ ਇੱਥੇ ਸਾਡੇ ਕੰਮ ਦਾ ਕੀ ਬਣਦਾ ਹੈ। ਫਰੈਂਡ ਇਹ ਬੁਲਾ ਕੇ ਐਡਮਿਨ ਬੁਲਾ ਕੇ ਅਤੇ ਅਸਾਂ ਇੱਥੇ ਵਧਿਆ ਐਡੂ ਵੀ ਸੀ ਆਫਿਸ ਇੰਜੋਏ ਕਰੀਂਦੇ ਵਧਿਆ ਕਾਫੀ ਨਾ ਕੰਮ ਫਿਲਹਾਲ ਇੱਥੇ ਤਾਂ ਡਨ ਨਹੀਂ ਥਿਆ, ਬਈ ਜਾ ਵੈਂਦਾ ਉੱਥੇ ਡਨ ਥਿਆ ਤਾਂ। ਫਰੈਂਡ ਇੱਥੇ ਹੋਸਟਲ ਦਾ ਕੰਮ ਆ ਜਿਹੜਾ, ਤਾਂ ਬਸ ਕੋਈ ਖਾਸ ਕੰਮ ਨਾ ਉਹ ਤਾਂ ਅਦਾ ਹੋ ਗਏ ਸੀ, ਅੱਲਾ ਖੈਰ ਕਰੇ ਸੀ। ਬਹਰਹਾਲ ਮੌਸਮ ਮੁੰਨਿਆਰ ਖਰਾਬ ਹੈ, ਤੁਸੀਂ ਦੇਖ ਸਕਦੇ ਵੇ, ਅਤੇ ਮਲਿਕ ਸਾਹਿਬ ਹੋਰਾਂ ਮੂੰਹ ਹੱਥ ਧੋਂਦੇ ਪੈਣ, ਵੀ 54 ਦੀ ਬਾਲਟੀ ਪਈ ਹੈ ਰੁਲਦੀ, ਅਤੇ ਅੱਲਾ ਕਰੇ ਸੀ ਚੰਗੀਆਂ, ਅਤੇ ਸੀਮੈਂਟ ਨਾਲ ਭਰੀ ਪਈ ਹੈ 54 ਦੀ ਬਾਲਟੀ, ਮਲਿਕ ਬਿਲਾਲ ਸਾਹਿਬ 54 ਦੀ ਹੈ। ਫਰੈਂਡ ਇਹ ਆ ਗਏ ਅਸਾਂ ਇੱਥੇ ਬਣਦਾ ਪਿਆ ਪਾਰਕ, ਨਾ ਫਿਲਹਾਲ ਯੂਨੀ ਬੰਦ ਤਾਂ ਇੱਥੇ ਕੰਮ ਰੁਕ ਗਿਆ ਹੈ। ਹਬੀਬ ਬੋਟਨੀਕਲ ਗਾਰਡਨ ਇਹ ਇੱਕ ਟੀਚਰ ਫੌਤ ਤੇ ਆਈ ਤੇ ਬਾਅਦ ਪ੍ਰੋਫੈਸਰ ਸਾਹਿਬ ਉਸਦੀ ਯਾਦ ਵਿੱਚ ਪਾਰਕ ਬਣਦਾ ਪਿਆ ਇੱਥੇ, ਉਸ ਪਾਰਕ ਦਾ ਕੰਮ ਫਿਲਹਾਲ ਰੁਕਾ ਪਿਆ ਯੂਨੀਵਰਸਿਟੀ ਬੰਦ ਹੈ, ਅਤੇ ਅਸਾਂ ਕਰੀਂਦੇ ਉਹਦਾ ਇੰਜੋਏ। ਉਹ ਸਾਹਮਣੇ ਪਰਾਂ ਯੂਨੀਵਰਸਿਟੀ ਦਾ ਬਾਗ ਲਗਵਾਇਆ ਸਾਰਾ, ਅਤੇ ਇਸ ਤੋਂ ਇਲਾਵਾ ਇਹਨੂੰ ਰਾਤ ਦਾ ਸ਼ੋਭਾ ਹੈ ਤਾਂ ਇਹਦੇ ਕੇਸ਼ੇ ਚਾਵਲ ਇਹਦੇ ਚਾਵਲ ਇਹ ਡਿਪਾਰਟਮੈਂਟਾਂ ਦੇ ਪੈਣ, ਬਿਊਟੀਫੁਲ ਡਿਪਾਰਟਮੈਂਟ ਆਫ ਗੋਮਲ ਯੂਨੀਵਰਸਿਟੀ। ਹਾਏ 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 ਉਮਰਿਆਤ ਕਿਵੇਂ ਲੱਗਦਾ ਪਿਆ ਹੈ? ਬਹੁਤ ਅੱਛਾ ਹੈ ਨਾ ਇਹ ਹਾਲ ਆ, ਇਹ ਬਹੁਤ ਹੀ ਸੋਹਣਾ ਹੈ, ਬਹੁਤ ਸੋਹਣਾ ਹੈ, ਬਹੁਤ ਬੜੀ ਬਿਲਡਿੰਗ ਹੈ ਯਾਰ, ਬੜੀ ਪਿਆਰੀ ਕਸਮ ਹੈ। ਆਈ ਟੀ ਵਾਲਿਆਂ ਦਾ ਡਿਪਾਰਟਮੈਂਟ ਹੈ ਅਤੇ ਇਹਨੂੰ ਕੈਮਿਸਟਰੀ ਵਾਲਿਆਂ ਦਾ ਫਿਜ਼ਿਕਸ ਵਾਲਿਆਂ ਦਾ ਡਿਪਾਰਟਮੈਂਟ ਹੈ, ਤਾਂ ਅਸਾਂ ਫੋਟੋ ਸੈਸ਼ਨ ਕਰ ਗਏ ਨੂੰ ਮਲਿਕ ਸਾਹਿਬ ਦੀ ਫੋਟੋ ਸੈਸ਼ਨ ਕੀਤੀ ਸੀ। ਇਹ ਪਾਰਕ ਕਿਵੇਂ ਬਣਦਾ ਪਿਆ ਜੀ? ਫੁੱਲ ਛੁੱਲ ਡਿੱਠੇ ਨੇ, ਕੈਸਾ ਲੱਗ ਰਿਹਾ ਹੈ? ਨਾ ਮੈਂ ਨਹੀਂ ਲੱਗੀ, ਤੈਨੂੰ ਲੱਗੀ ਹੋ ਜੀ? ਹਾਂ ਇਹ ਮੈਂ ਨਾ ਕੈਮਰੇ ਪਿੱਛੂ ਆ ਦਗਲਾ ਯਾਰ, ਮੈਨੂੰ ਬਹੁਤ ਭੁੱਖ ਲੱਗੀ ਹੈ। ਅਸਾਂ ਵਾਪਸ ਮੈਂ ਪੈ ਯੂਨੀ 'ਚੋਂ, ਕੰਮ ਹੋ ਗਿਆ ਸਾਡਾ ਅਤੇ ਭੁੱਖ ਲੱਗੀ ਹੈ ਬਹੁਤ ਜ਼ਿਆਦਾ, ਤਾਂ ਨਿਕਲਦੇ ਹਾਂ ਸਿੱਟੀ ਬਹਿੰਦੇ ਹਾਂ ਕੁਛ ਖਾਂਦੇ ਹਾਂ ਉੱਥੋਂ, ਅਤੇ ਥੋੜ੍ਹਾ ਕੰਮ ਹੈ ਦਵਾਈ ਗਿਣਨੀ ਹੈ, ਉਹ ਗਿਣ ਕੇ ਬਾਅਦ ਵਾਪਸੀ ਇਨਸ਼ਾਅੱਲਾ ਕਰ। ਅਤੇ ਅੱਲਾ ਕਰੇ ਸੀ ਮੌਸਮ ਵੀ ਠੀਕ ਰਿਹਾ ਸੀ, ਇਹ ਇੱਡੂ ਸਾਡਾ ਡਿਪਾਰਟਮੈਂਟ ਹੈ, ਬਸ ਅਣ ਕਰੀ ਪਾਉਣ ਵਾਲਾ ਹੈ। ਬਹਰਹਾਲ ਇੱਥੇ ਤਾਂ ਤੱਲਾ ਛੱਲਾ ਸਹੀ ਪਿਆ, ਬਾਕੀ ਯੂਨੀਵਰਸਿਟੀ ਸਾਰੀ ਉਜੜੀ ਪਈ ਹੈ, ਅਤੇ ਇਹ ਸਾਡਾ ਡਿਪਾਰਟਮੈਂਟ ਇੱਥੇ ਆ, ਦੇਖ ਸਕਦੇ ਵੀ ਤੁਸੀਂ ਕਿਹੜੇ ਕੀ ਆ। ਫੈਕਲਟੀ ਆਫ ਐਗਰੀਕਲਚਰ ਗੋਮਲ ਯੂਨੀਵਰਸਿਟੀ ਡੀ ਆਈ ਖਾਨ। ਫਰੈਂਡ ਇਸ ਟਾਈਮ ਕੁਰੇਸ਼ੀ ਮੋੜ ਤੋਂ ਮੁੜਦੇ ਪਏ ਸਿੱਟੀ ਦੀ ਤਰਫ, ਸਿੱਟੀ ਬਹਿੰਦੇ ਪਏ, ਇੱਕ ਤਾਂ ਖਾਣਾ ਖਾਂਦੇ ਹਾਂ ਬਹੁਤ ਜ਼ਿਆਦਾ ਭੁੱਖ ਲੱਗੀ ਹੈ ਨਾ, ਸਾਡਾ ਜਿਹੜਾ ਕੰਮ ਚਿਵੜਾ ਬਸ ਤਕਰੀਬਨ ਹੋ ਗਿਆ ਹੈ, ਅਤੇ ਆ ਗਿਆ ਕੁਰੇਸ਼ੀ ਮੋੜ। ਫਰੈਂਡ ਸਾਲਾਂ ਨੂੰ ਮੰਗਾ ਦਸ ਰੋਟੀ, ਬਹੁਤ ਭੁੱਖ ਲੱਗੀ ਹੈ ਅਤੇ ਰੋਟੀ ਖਾ ਕੇ ਤਾਂ ਨਿਕਲਦੇ ਹਾਂ, ਦਵਾਈ ਗਿਣ ਗਿਦੀਏ ਅਤੇ ਮਨਹੂਸ ਮੇਨ ਮਨਹੂਸ ਇਸ ਨੂੰ ਚਾਹਿਆ ਸੀ, ਪਹਿਲੇ ਇੱਥੇ ਆਏ ਕੋਈ ਇਸ ਨੂੰ ਚਾਹਿਆ ਸੀ, ਦੁਬਾਰਾ ਪੰਚਰ ਹੋ ਗਿਆ ਤੁਸੀਂ ਦੇਖ ਸਕਦੇ ਵੇ। ਬਸ ਅੱਲਾ ਖੈਰ ਕਰੇ ਸੀ, ਸਫ਼ਰ ਕਾਫੀ ਜ਼ਿਆਦਾ ਹੈ ਇੱਥੇ ਗਿਣਨੇ ਕੋਇਲ ਮੋਟਰਸਾਈਕਲ ਦੀ, ਉਹ ਗਿਣਦੇ ਪੈਣ ਦੋਸਤ ਉਦੋਂ, ਅਤੇ ਕੋਇਲ ਗਿਣ ਕੇ ਅਤੇ ਨਿਕਲਦੇ ਹਾਂ ਘਰ ਦੇ, ਬਹੁਤ ਲੇਟ ਹੋ ਚੁੱਕੇ ਹਾਂ ਇਸ ਟਾਈਮ। ਰਸਤੇ ਤੋਂ ਵਧਿਆ ਸੀ ਇੱਥੇ ਨਾ ਮੋਟਰਸਾਈਕਲ ਅਸਾਂ ਖਲਾਰਾ ਅੱਗਾਂ ਕਰਕੇ, ਅਤੇ ਅਸਾਂ ਆਖ ਪਾਣੀ ਪੀ ਗਨੂੰ, ਦੇਖੋ ਨਾ ਇਹ ਕੱਚੇ ਦੇ ਇਲਾਕੇ ਚੀਨਾਰ ਕੰਮ ਥੀਂਦਾ, ਉਹ ਸੋਲਰ ਲਗੇ ਖਲੇ ਅਤੇ ਵੀ ਆਈ ਪੀ ਸਿਸਟਮ ਹੈ, ਬਿਲਾਲ ਭਾਈ ਹੋਰਾਂ ਪਾਣੀ ਪੀਂਦੇ ਪੈਣ, ਇਹ ਦੇਖੋ ਹੈ ਇੰਜੋਏ ਕਰੀਦਾ ਪਿਆ ਮਲਿਕ ਸਾਹਿਬ, ਅਤੇ ਚੱਲਾ ਖਲਾ ਸੋਲਰ, ਉਹ ਇੱਕ ਲੱਤਾਂ ਦਾ ਡਾਕੂ ਸਾਡਾ, ਇਹ ਦੇਖੋ ਮੱਸੇ ਵੱਧਾ ਇਹ, ਅਤੇ ਪਾਣੀ ਛਾਣੀ ਤਾਂ ਸਹੀ ਸਿਸਟਮ ਹੈ, ਪਾਣੀ ਛਾਣੀ ਪੀਂਦੇ ਹਾਂ ਇੱਥੋਂ। ਮਲਿਕ ਸਾਹਿਬ ਹੋਰਾਂ ਜੂਸ ਤਿੰਗੀ ਦੇ ਬੈਠਣ, ਮੈਂ ਛਿਗਿੰਨਾ ਉਸਤਾਦ ਸਾਹਿਬ ਹੋਰਾਂ ਲੱਗਿਆ ਮੈਂ, ਜਿਹੜਾ ਤਾਂ ਬਿਲਾਲ ਭਾਈ ਨੂੰ ਲਾ ਲਿੰਦਾ ਹੈ, ਬਿਲਾਲ ਭਾਈ ਨੂੰ ਲਾ ਕੇ ਅਤੇ ਅਸਾਂ ਆਉਣ ਵਾਲੇ ਤਾਂ ਪੈਣ ਤੁਲੇ ਵਾਲੇ, ਬਸ ਤੁਲੇ ਵਾਲਾ ਦਰਿਆ ਖਾਨ ਮੋੜ ਆ ਗਿਆ, ਉੱਥੇ ਪਹੁੰਚ ਗਿਆ ਅਸਾਂ, ਘਰ ਤਰ ਨਿਕਲ ਚੁੱਕਿਆ ਹੈ ਅਤੇ ਬੱਦਲ ਹੁਣ ਤਾਂ ਮੌਸਮ ਸਾਫ਼ ਹੈ, ਅਗਰ ਸਾਹਮਣੇ ਦੇਖੋ ਬੱਦਲ ਖੜ੍ਹਾ ਹੈ, ਬਹੁਤ ਜ਼ਿਆਦਾ ਥੱਕ ਗਏ ਹੈ, ਟੀ ਆਈ ਖਾਨ ਹੈ ਚਵਾਉਂਦੇ ਪੈਣ, ਤੁਹਾਨੂੰ ਪਤਾ ਹੈ ਬਹੁਤ ਜ਼ਿਆਦਾ ਸਫ਼ਰ ਹੈ ਸਾਡੇ ਕੋਲੋਂ, ਅਤੇ ਬਹੁਤ ਜ਼ਿਆਦਾ ਥੱਕ ਗਏ ਹੈ ਸਾਡਾ, ਬਹੁਤ ਥੱਕ ਹੈ, ਅਤੇ ਬਸ
ਸੋ ਗਏ ਤੇ ਸਾਡੀ ਵੀ ਬਸ ਫਰੈਂਡ ਥੈਂਕ ਯੂ ਸਾਹਮਣੇ ਵਲੌਗ ਦਾ ਐਂਡ ਅਗਰ ਸਾਡੀ ਵੀਡੀਓ ਅੱਛੀ ਲੱਗੀ ਸਾਡੇ ਚੈਨਲ ਨੂੰ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਖੁਦਾ ਹਾਫਿਜ਼।